आ मोटर बंद करा वा। लिया दलजीत कौर, बड़ी भुख लगी है। दलजीत कौर, तै रोटी खा ली? कद तक इदा करेगी, खा ला रोटी। करतारे दे बापू, मैं भुख नहीं। क्यों भुख क्यों नहीं? जिस मां का जवान पुत्र जंग च लड़ रहा हो, उस मां नूं भुख लग सकती? दलजीत कौर, वो साडा शेर पोता, ते शेर कदी भी जंग हार के वापस नहीं आउंदे, जित के आउंदे ने। खबर अनुसार भारत सरकार वालों कारगिल की लड़ाई के उत्ते जित प्राप्त करने की पुष्टि हुई है, जो कि साढ़े देश के लिए बहुत ही माण वाली गल है। इस दे नाल ही खबर मिली है कि फौजी वीर वालों दी गई छुट्टी की अर्जी की मंजूरी जल्द ही दी जाएगी। ले, साडा शेर पुत वापस आ रहा, वह हुण ते हो जा खुश। ले हुण खा रोटी। करतार आ गया, मेरा पुत आ गया। करतार दे बापू, करतार दे बापू, उठो, करतार आ गया। करतार आ गया? हाँ। आ गया मेरा पुत। पैरी पहनो बेबे। राजी रहे मेरा पुत। वे पुत, मां दियां तरसियां अखां ते कलेजे नूं ठंड पाती। ओ पुत्रा, ओ मां नूं मिली जाएगा, इधर आ जफी पा, आ जा मेरा शेर पुत। और बाबू किवें आ? बस ठीक आ पुत्रा, चल आ ट्रंक मैं चक लेना। दलजीत कौर, आ कुंडी लाई। बेबे, ओ बेबे, नी अंबो आजा लंग्या।
ਦਲਜੀਤ ਕੋਰੇ ਬੜੇ ਖੁਸ਼ ਹਾਂ ਅੱਜ। ਕੁਛ ਨਹੀਂ, ਅੰਬੋ ਆਈ ਸੀ, ਮੈਂ ਉਹਨੂੰ ਕਿਹਾ ਕਿ ਆਪਣੀ ਭੂਆ ਨੂੰ ਸੁਨੇਹਾ ਦੇਈਂ ਕਰਤਾਰ ਘਰ ਆ ਗਿਆ ਅਤੇ ਮੈਨੂੰ ਆ ਕੇ ਮਿਲੇ। ਤਾਂ ਕੀ ਕਹਿ ਗਈ? ਕਹਿਣਾ ਕੀ ਸੀ, ਸ਼ਰਮਾ ਕੇ ਚਲੇ ਗਈ। ਭੂਆ ਜੀ ਦੁੱਧ ਲੈ ਆਈ ਹਾਂ। ਚੰਗਾ ਲੈ, ਖੀਰ ਤਾਂ ਬਣ ਗਈ। ਅੰਬੋ ਕੁੜੀ, ਇੱਦਾਂ ਕਰ ਪਤੀਲੇ 'ਚ ਦੁੱਧ ਪਾ ਲਿਆ, ਮੈਂ ਚੁੱਲ੍ਹੇ 'ਤੇ ਉੱਬਲਣਾ ਧਰ ਦੇਵਾਂ। ਸੱਚ ਭੂਆ, ਦਲਜੀਤ ਬੇਬੇ ਨੇ ਸੁਨੇਹਾ ਭੇਜਿਆ ਸੀ। ਚੰਗਾ, ਕਰਤਾਰ ਆ ਗਿਆ, ਆਪਣੀ ਭੂਆ ਨੂੰ ਕਹੀਂ ਆ ਕੇ ਮਿਲ ਜੇ। ਸੱਚੀ ਕਰਤਾਰ ਆ ਗਿਆ? ਚੱਲ ਭਾਈ ਜੀ, ਉਹਦਾ ਲੱਖ ਲੱਖ ਸ਼ੁਕਰਿਆ, ਹੁਣ ਤੁਹਾਡਾ ਰਿਸ਼ਤਾ ਕਰ ਹੀ ਦੇਣਾ। ਜਿਵੇਂ ਭੂਆ ਜੀ ਤੁਹਾਡੀ ਮਰਜ਼ੀ। ਮੇਰੀ ਲੱਗ ਭੈਣ ਜੀ, ਹੁਣ ਇਹਨਾਂ ਦਾ ਵਿਆਹ ਜਲਦੀ ਜਲਦੀ ਕਰ ਹੀ ਦੇਣਾ, ਕਰਤਾਰੇ ਦੇ ਵਾਪਸ ਡਿਊਟੀ ਜਾਣ ਤੋਂ ਪਹਿਲਾਂ ਪਹਿਲਾਂ। ਹੋਰ ਕੀ ਭੈਣ ਜੀ, 4 ਸਾਲ ਹੋ ਗਏ ਰਿਸ਼ਤਾ ਕਰਦਿਆਂ, ਮੇਰੇ ਕੋਲ ਹੋਰ ਇੰਤਜ਼ਾਰ ਨਹੀਂ ਹੁੰਦਾ ਬਈ, ਅਤੇ ਛੇਤੀ ਛੇਤੀ ਅੰਬੋ ਨੂੰ ਮੇਰੇ ਘਰ ਦੀ ਨੂੰਹ ਬਣਾ ਦਿਓ। ਉਹ ਭੈਣ ਜੀ, ਮੈਂ ਤਾਂ ਵਿਆਹ ਦੀ ਤਰੀਕ ਵੀ ਕਢਾ ਬੈਠਾ। ਬਾਬਾ ਜੀ ਨੇ ਕਿਹਾ ਵਾ ਕਿ ਅਗਲੇ ਮਹੀਨੇ ਦੀ 26 ਤਰੀਕ ਜਿਹੜੀ ਆ ਉਹ ਬੜੀ ਸ਼ੁਭ ਆ, ਅਤੇ ਇਹ ਜਿਹੜਾ ਮਹੂਰਤ ਆ ਨਾ, 25 ਸਾਲਾਂ ਬਾਅਦ ਆਉਣਾ ਦੁਬਾਰਾ। ਹਾਂ ਵੀਰ ਜੀ, ਬੜੀ ਖੁਸ਼ ਦੀ ਗੱਲ ਸੁਣਾਈ ਜੀ। ਚਲੋ ਇਹ ਵੀ ਵਧੀਆ ਹੋ ਗਿਆ, ਮੈਂ ਆਪਦੇ ਰਿਸ਼ਤੇਦਾਰਾਂ ਨੂੰ 26 ਤਰੀਕ ਪੱਕੀ ਕਰ ਦਿੰਦੀ ਹਾਂ। ਕਿਉਂ ਵੀ ਨਿਆਣਿਓ, ਤੁਹਾਨੂੰ ਮਨਜ਼ੂਰ ਹੈ? ਜੋ ਵੱਡਿਆਂ ਨੂੰ ਮਨਜ਼ੂਰ, ਉਹੀ ਸਾਨੂੰ ਮਨਜ਼ੂਰ। ਨਾ ਅੰਬੋ, ਤੈਨੂੰ ਤਾਂ ਕੋਈ ਇਤਰਾਜ਼ ਨਹੀਂ ਨਾ? ਲਓ ਜੀ ਵਧਾਈਆਂ ਜੀ ਵਧਾਈਆਂ, ਚਲੋ ਕਰੋ ਵਿਆਹ ਦੀਆਂ ਤਿਆਰੀਆਂ ਫਿਰ। ਲਓ ਜੀ ਕਰੋ ਜੀ ਮੂੰਹ ਮਿੱਠਾ। ਉਹ ਬੇਬੇ ਸਾਰਾ ਦਿਨ ਕੰਮ ਕਰਦੀ ਰਹਿੰਦੀ ਆ, ਲਿਆ ਅੱਜ ਮੈਂ ਪੱਠੇ ਪਾਉਣਾ। ਵੇ ਪੁੱਤ, ਕਰ ਲੈਂਦੇ ਮੈਨੂੰ ਸਾਰੇ ਕੰਮ ਆਪ ਹੀ, ਕੁਛ ਦਿਨ ਤਾਂ ਰਹਿ ਗਏ ਆ, ਫਿਰ ਅੰਬੋ ਨੇ ਆ ਜਾਣਾ ਅਤੇ ਫਿਰ ਉਹਨੇ ਕਿੱਥੇ ਮੈਨੂੰ ਕੰਮ ਕਰਨ ਦੇਣਾ। ਮੈਂ ਤਾਂ ਬਸ ਆਰਾਮ ਕਰਿਆ ਕਰੂੰ, ਉਹਨੇ ਸਾਰਾ ਘਰ ਆਪੇ ਹੀ ਸਾਂਭ ਲੈਣਾ। ਚੱਲ ਅੱਜ ਮੈਂ ਪਾ ਦੇਣਾ ਪੱਠੇ। ਸਤਿ ਸ਼੍ਰੀ ਅਕਾਲ ਬੇਬੇ। ਸਤਿ ਸ਼੍ਰੀ ਅਕਾਲ ਪੁੱਤ। ਦਲਜੀਤ ਕੋਰੇ, ਮੇਰਾ ਕੁੜਤਾ ਨਹੀਂ ਲੱਗਦਾ ਪਿਆ। ਆਈ ਜੀ, ਪੁੱਤ ਤੂੰ ਅੰਬਰ ਨੂੰ ਦੁੱਧ ਪਾ ਦੇ, ਮੈਂ ਹੁਣੇ ਆਉਂਦੀ ਹਾਂ, ਠੀਕ ਆ? ਅੰਬੋ, ਨਾਂ ਸੋਹਣਾ ਰੱਖਿਆ ਬੇਬੇ ਨੇ। ਮੇਰਾ ਨਾਮ ਅਮਰਜੀਤ ਆ, ਅੰਬੋ ਨਹੀਂ, ਪਰ ਬੇਬੇ ਮੈਨੂੰ ਪਿਆਰ ਨਾਲ ਅੰਬੋ ਕਹਿੰਦੇ ਆ। ਚੱਲ ਠੀਕ ਆ, ਮੈਂ ਵੀ ਵਿਆਹ ਤੋਂ ਬਾਅਦ ਅੰਬੋ ਹੀ ਬੁਲਾਇਆ ਕਰੂੰਗਾ। ਜੇ ਮੈਂ ਕੋਈ ਕਸੂਤਾ ਨਾਮ ਰੱਖ ਲਿਆ ਫਿਰ? ਕੀ ਰੱਖੇਂਗੀ? ਟਿੱਡਾ। ਹੈ ਟਿੱਡਾ? ਲੈ ਚੱਲ ਠੀਕ ਆ, ਢੱਕਣ ਤੇਰਾ। ਅੱਛਾ ਮੇਰਾ ਹੈ। ਹੱਛੜ ਬੇਬੇ ਆ ਜੂਗੀ। ਆ ਲੈਂਦੇ ਬੇਬੇ ਨੂੰ, ਵੈਸੇ ਵੀ ਹੁਣ ਤੂੰ ਮੇਰੀ ਹੈ। ਅਜੇ ਆਪਣਾ ਵਿਆਹ ਨਹੀਂ ਹੋਇਆ, ਹੱਛੜ ਗੁੱਸਾ ਕਾਹਤੋਂ ਕਰਦੀ ਹੈ? ਜੇ ਬੇਬੇ ਆ ਜਾਂਦੀ ਫਿਰ? ਚੱਲ ਐਂ ਕਰਦੇ ਹਾਂ, ਅੱਜ ਸ਼ਾਮੀ 4 ਵਜੇ ਝੀਲ 'ਤੇ ਮਿਲਦੇ। ਝੀਲ 'ਤੇ ਆਊਗੀ ਮੇਰੀ ਜੁੱਤੀ? ਚੱਲ ਮੈਂ ਉਡੀਕ ਕਰਾਂਗਾ, ਤੂੰ ਜੁੱਤੀ ਭੇਜ ਦੀ। ਕੀ ਗੱਲ, ਬੜੀ ਲਾਲ ਪੀਲੀ ਹੋਈ ਫਿਰਦੀ ਗੁੱਸੇ 'ਚ?
आ जगह सही है ना, इत्थे बापू ना बेबे। ये जगह ठीक नहीं, मैनू बड़ा अजीब जहा महसूस हो रहा, पता नहीं क्यों। क्यों, मैनू तो कुछ भी अजीब नहीं लग रहा। लोकी कहंदे इत्थे की, इत्थे तुसी समझ क्यों नहीं रहे। तू समझाएंगी तो समझांगा मैं। लोकी कहंदे इत्थे चुड़ैल रहंदी आ। मैं समझ गया, तू मैनू मिलना ही नहीं सी चाहुंदी, ताहीं आ चुड़ैल वाला बहाना बना रही है ना। जे तू मैनू मिलना ही नहीं सी, आ चुड़ैल वाला बहाना बनाउंदी की लोड़ सी। चंगी तरह रड़ दी। मैं कहना वधिया बना दूं। रेता तो मैनू लगता अजे लाल ही होई है। रेता लाल। ओ करतारे इधर आ, ओ आ जा नरैणिया, आ ही मेरा शेर पुत, फौज चो जंग जित के आया ही। बल्ले 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 बल्ले। पुत सत श्री अकाल, बुला चाचे नू, ये भी तेरा चाचा ही। सत श्री अकाल चाचा। सत श्री अकाल पुत, सत श्री अकाल। किधरों आया? आना किधरों, दुनिया चन्न ते पहुंच गई है, अपने बंदे उथे दे उथे ने। होया की है? होना की है, अपने यार बेली ना मैं पिंड का गेड़ा लाउन चला गया, वो जिहड़ी बार बार हवेली नहीं पिंड दे, उथे जाके मैनू कहिंदा इत्थे चड़ेल रहिंदी है। की चड़ेल? ओ कोई चड़ेल चड़ूल नहीं हुंदी, दुनिया एवें पकाई मारदी है। अपुछ अपने चाचे नरैणे नू, जदों असीं तेरी उम्र दे हुंदे सी ना, सिव्यां दे विच छलियां भुन भुन खांदे रहे आ। सानू तो कहते सिव्या चड़ेल नहीं टकरी, तैं हवेली कितों चड़ेल देख ली। चड़ेल टक्कर पी। चला बापू घर नू चलिए। और रुक जा, दाने तो लै लिए। चंगा फिर। चंगा भी चंगा। तू अधी रात इतने की कर रही है? नाले कल तू मैनू चड़ेल चड़ेल कह के डराया सी ना, हुण इतने की लैन आई है? मैं कल दी गल दी माफ़ी मंगण आई हाँ, मैनू तेनू मना नहीं करना चाहिए सी। ये गल तेनू पहला सोचनी चाहिए सी, जो तू मेरा दिल तोड़िया सी। दिल ही तो जोड़ना ही है तेरा, मेरा मन तन सब तेरा ही तो है। ਉਹ ਬੇਬੇ ਤੂੰ ਪੈਂਦਾ ਕਸੀ ਜਾ, ਸਾਰਾ ਦਿਨ ਕੰਮ ਕਰਦੀ ਰਹਿੰਦੀ ਆ, ਲਿਆ ਉਰੇ ਮੈਂ ਕੱਸਦਾ। ਲੈ ਪੁੱਤ ਤੂੰ ਕੱਸ ਲਾ, ਉਦਾਂ ਵੀ ਮੈਂ ਤੈਨੂੰ ਆਵਾਜ਼ ਮਾਰਨ ਹੀ ਲੱਗੀ ਸੀ, ਪੁੱਤ ਮੇਰੇ ਕੋਲੋਂ ਕਿੱਥੇ ਕੰਮ ਹੁੰਦਾ ਹੁਣ। ਉਹ ਬੇਬੇ ਤੈਨੂੰ ਕੰਮ ਕਰਨ ਦੀ ਕੀ ਲੋੜ ਆ, ਮੈਂ ਹੈਗਾ ਨਾ। ਆ ਨਾਲੇ ਬਾਪੂ ਨੇ ਕਿਤੇ ਨਜ਼ਰ ਆਉਣ ਡਿਆ, ਬਾਪੂ ਕਿੱਥੇ ਆ? ਬਾਪੂ ਤੇਰੇ ਵਿਆਹ ਲਈ ਰਿਸ਼ਤੇਦਾਰਾਂ ਨੂੰ ਸੱਦੇ ਦੇਣ ਗਿਆ ਆ, ਦੋ ਹਫ਼ਤੇ ਤਾਂ ਰਹਿ ਗਏ ਸਾਰੇ। ਚੱਲ ਠੀਕ ਆ ਬੇਬੇ, ਮੈਂ ਆਪਣੇ ਪੁਰਾਣੇ ਯਾਰ ਬੇਲੀਆਂ ਨਾਲ ਪਿੰਡ ਦਾ ਗੇੜਾ ਕੱਢਾਂ ਵਾਂ। ਉਹ ਪੁੱਤ ਰੋਟੀ ਤਾਂ ਖਾਂਦਾ ਜਾ। ਆ ਕੇ ਖਾਵਾਂਗਾ।
ਕਿੱਥੇ ਸੀ ਤੂੰ? ਤੈਨੂੰ ਸਾਰਾ ਦਿਨ ਮੈਂ ਲੱਭਦਾ ਰਿਹਾ, ਸਵੇਰੇ ਸ਼ਾਮੀ ਮੈਂ ਬੱਸ ਸਟੈਂਡ 'ਤੇ ਵੇਟ ਕੀਤੀ ਤੇਰੀ। ਕਿੱਥੇ ਸੀ ਤੂੰ? ਕਰਤਾਰ ਤੂੰ ਮੈਨੂੰ ਦਿਨੇ ਲੱਭਣਾ ਛੱਡ ਦੇ। ਕਿਉਂ? ਜੇ ਆਪਾਂ ਦਿਨੇ ਮਿਲੇ ਤਾਂ ਆਪਾਂ ਨੂੰ ਇਕੱਠਿਆਂ ਨੂੰ ਕੋਈ ਦੇਖ ਲਓ। ਜਦੋਂ ਤੱਕ ਆਪਣਾ ਵਿਆਹ ਨਹੀਂ ਨਾ ਹੋ ਜਾਂਦਾ ਮੈਂ ਆਪੇ ਰਾਤੀ ਮਿਲਣ ਆ ਜਾਇਆ ਕਰੂੰਗੀ। ਹੁਣ ਛੇਤੀ ਚੱਲ, ਕਿਤੇ ਬੇਬੇ ਨਾ ਆ ਜਾਏ। ਠੀਕ ਹੈ। ਹੁਣੇ ਅੜਿੰਗਣ ਡਈਆਂ ਸੀ, ਹੁਣੇ ਸ਼ਾਂਤ ਵੀ ਹੋ ਗਈਆਂ, ਚੁੱਪ ਵੀ ਕਰ ਗਈਆਂ। ਅੰਬੋ ਇਸ ਵੇਲੇ ਇੱਥੇ ਸ਼ਰਮ ਤਾਂ ਹੈ ਹੀ ਨਹੀਂ ਇਸ ਕੁੜੀ ਨੂੰ। ਹਾਈ ਜੇ ਲੋਕੀ ਦੇਖਣਗੇ ਤਾਂ ਕੀ ਕਹਿਣਗੇ? ਸਵੇਰੇ ਹੀ ਇਹਦੀ ਭੂਆ ਨਾਲ ਗੱਲ ਕਰਦੀ ਹਾਂ ਜਾ ਕੇ। ਲੈ ਹਜੇ ਤਾਂ ਭਾਂਡੇ ਵੀ ਉੱਦਾਂ ਹੀ ਪਏ ਨੇ। ਨੀ ਭੈਣ ਘਰ ਹੀ ਏ, ਆ ਜਾ ਆ ਜਾ, ਲੰਘਿਆ ਭੈਣ। ਕੀ ਗੱਲ ਭੈਣ, ਅੱਜ ਭਾਂਡੇ ਵੀ ਨਹੀਂ ਮਾਂਜੇ, ਸਵੇਰ ਦੇ ਪਏ ਨੇ। ਮੈਂ ਨਾ ਤੇਰੇ ਵੱਲ ਹੀ ਆਉਣ ਲੱਗੀ ਸੀ, ਮੈਂ ਸੋਚਿਆ ਭਾਂਡੇ ਆਣ ਕੇ ਮਾਂਜ ਲੂੰਗੀ। ਲੈ ਚੰਗਾ, ਫਿਰ ਤਾਂ ਮੈਂ ਆਪ ਹੀ ਆ ਗਈ ਦੁੱਧ ਦੇ ਬਹਾਨੇ ਤੈਨੂੰ ਮਿਲਣ। ਆਹੋ ਸੱਚ, ਤੂੰ ਆਪ ਹੀ ਦੁੱਧ ਲੈਣ ਆ ਗਈ ਤਾਂ ਅੰਬੋ ਕਿੱਥੇ ਆ? ਕੀ ਦੱਸਾਂ ਭੈਣ, ਇੱਕ ਹਫ਼ਤਾ ਹੋ ਗਿਆ ਨਾਨਕੇ ਗਈ ਨੂੰ, ਤਦੇ ਤੇ ਆਪ ਦੁੱਧ ਲੈਣ ਆਈ ਆ। ਨਾਨਕੇ ਗਈ ਨੂੰ? ਚੱਲ ਤੂੰ ਐਂ ਦੱਸ, ਅੱਜ ਗਰੀਬਣੀ ਦੀ ਕਿਵੇਂ ਯਾਦ ਆ ਗਈ? ਬਸ ਕੁਛ ਨਹੀਂ, ਦਿਲ ਕਰਦਾ ਸੀ ਅੰਬੋ ਨੂੰ ਮਿਲਣ ਨੂੰ। ਲਿਆ ਕਰ ਦੁੱਧ ਪਾ ਦਵਾਂ। ਲੈ ਕੋਈ ਗੱਲ ਨਹੀਂ, ਹੋਰ ਕੋਈ ਦਿਨਾਂ ਨੂੰ ਵਿਆਹ ਹੋ ਜਾਣਾ, ਅੰਬੋ ਨੇ ਤੇਰੇ ਕੋਈ ਰਹਿਣਾ, ਫਿਰ ਜਿੰਨੇ ਮਰਜ਼ੀ ਚਾਹ ਲਾ ਲਈ। ਉਹ ਦਲਜੀਤ ਕੌਰੇ, ਆ ਵੇਖ ਵਿਆਹ ਵਾਲਿਆਂ ਨੇ ਤੇਰੇ ਵਾਸਤੇ ਸ਼ੱਕਰਪਾਰੇ ਭੇਜੇ ਆ, ਲੈ ਫੜ। ਦਲਜੀਤ ਕੀ ਗੱਲ ਹੋਈ ਤੈਨੂੰ, ਬੋਲਦੀ ਕਿਉਂ ਨਹੀਂ? ਆ ਗਏ ਤੁਸੀਂ? ਮੈਂ ਤੇ ਆ ਗਿਆ, ਪਰ ਤੈਨੂੰ ਕੀ ਗੱਲ ਹੋਈ ਆ? ਕਰਤਾਰ ਦੇ ਬਾਪੂ, ਮੈਨੂੰ ਕਰਤਾਰ ਦੀ ਬੜੀ ਫਿਕਰ ਹੋ ਰਹੀ ਆ। ਕਰਤਾਰ ਦੀ ਫਿਕਰ ਹੋ ਰਹੀ ਆ? ਕੀ ਗੱਲ ਹੋਈ ਕਰਤਾਰ ਨੂੰ? ਉਹ ਨਾ ਅਸਲ ਵਿੱਚ ਆਹੋ ਸੱਚ, ਤੂੰ ਆਪ ਹੀ ਦੁੱਧ ਲੈਣ ਆ ਗਈ ਤਾਂ ਅੰਬੋ ਕਿੱਥੇ ਆ? ਇੱਕ ਹਫ਼ਤਾ ਹੋ ਗਿਆ ਨਾਨਕੇ ਗਈ ਨੂੰ, ਤਦੇ ਤੇ ਆਪ ਦੁੱਧ ਲੈਣ ਆਈ ਆ। ਭੂਆ ਕਹਿ ਰਹੀ ਆ ਕਿ ਉਹ ਨਾਨਕੇ ਗਈ ਹੈ, ਤੇ ਤੂੰ ਕਹਿੰਦੀ ਆ ਕਿ ਉਹ ਇੱਥੇ ਆਉਂਦੀ ਆ। ਕਰਤਾਰ ਨੂੰ ਪੁੱਛੀਏ? ਆਪਾਂ ਕਰਤਾਰ ਨੂੰ ਨਹੀਂ ਪੁੱਛਦੇ, ਆਪਾਂ ਇੱਦਾਂ ਕਰਦੇ ਹਾਂ, ਅੱਜ ਰਾਤ ਛੱਤ 'ਤੇ ਜਾ ਕੇ ਲੁੱਕ ਕੇ ਦੇਖਦੇ ਹਾਂ। ਜੇ ਅੰਬੋ ਨਾਨਕੇ ਗਈ ਆ ਤੇ
ਇਹ ਇੱਥੇ ਕੀ ਕਰਦੀ ਆ? ਅੰਦਰ ਗਈ ਆ, ਉਹਨੂੰ ਬਾਹਰ ਆ ਲੈਂਦੇ, ਫਿਰ ਦੇਖਣੇ ਆ ਕਿੱਥੇ ਜਾਂਦੀ ਆ। अंबो, तू इस वेले इत्थे की करदी है? नहीं दलजीत, ये साड़ी अंबो नहीं हो सकती। तू बड़ा समझदार है। दस की चाहुंदी है साडे मुंडे कोलों? मैं तेरे मुंडे तो कुछ नहीं चाहुंदी, हां बल्कि तेरे मुंडे नूं ही चाहुंदी हां। साड़ी अंबो दा रूप धार के की साबित करना चाहुंदी है? जे तू इन्नी ताकतवर है ना, ते अपने असली रूप च आ। मैनूं जानण दी बड़ी इच्छा हो रही है, ते देख मेरा असली रूप। दलजीत, इंसान ते हवा दा कदी मेल नहीं होया। मैं करतार नूं वी अपने नाल हवा बना के लै जावांगी। पिछले 1200 साल तो मैं ओहदा इंतजार कर रही हां। इस पूरन माशी नूं मैं ओहनूं वी अपने नाल लै जावांगी। जे तेरे जिम्मत है तेरा पुत बहुत वड्डी मुसीबत च है। जिस रूह ने उसनू अपने कब्जे च कीता है, बहुत ज्यादा ताकतवर है। हजारां सालां तो तेरे पुत की तलाश च भटक रही सी, हुण ओनू जरूर नाल लैके जाएगी। ना बाबा जी ना, असीं बड़ी आस लैके तुहाडे कोल आए हैं। मेरे करतार नूं बचा लो बाबा जी। की उस रूह ने तुहानूं दस्सिया है कि ओह तुहाडे पुत नूं कदों नाल लैके जाएगी? हाँ जी बाबा जी, आने वाली पूर्णमासी नूं। हक पूर्णमासी नूं उसकी ताकत बहुत वध जाएगी। ਇਹ ਸ਼ਿਵ ਦਾ ਪਾਠ ਕੀਤਾ ਹੋਇਆ ਪਾਣੀ ਹੈ। ਮੈਨੂੰ ਉਸ ਰੂਹ ਦੇ ਪੈਰਾਂ ਦੀ ਮਿੱਟੀ ਚਾਹੀਦੀ ਹੈ, ਜੋ ਇਸ ਪਾਣੀ ਦੇ ਛਿੜਕਾਅ ਨਾਲ ਹੀ ਆ ਸਕਦੀ ਹੈ। ਜਦੋਂ ਉਹ ਮਿੱਟੀ ਦੇ ਹੋਏ, ਇਸ ਪਾਣੀ ਦਾ ਛਿੜਕਾਅ ਕਰਨਾ, ਅਤੇ ਜਦੋਂ ਉਸਦੇ ਨਿਸ਼ਾਨ ਤੁਹਾਨੂੰ ਮਿਲ ਜਾਣ, ਇੱਕ ਲਾਲ ਕੱਪੜੇ 'ਚ ਲਪੇਟ ਕੇ ਮੇਰੇ ਕੋਲ ਲੈ ਆਉਣਾ। ਫਿਰ ਹੀ ਮੈਂ ਉਸ ਰੂਹ ਦਾ ਕੋਈ ਹੱਲ ਕੱਢ ਸਕਦਾ। ਇਹ ਤਵੀਤ ਆਪਣੇ ਪੁੱਤ ਦੇ ਗੁੱਟ 'ਤੇ ਬੰਨ੍ਹ ਦੇਣਾ। ਇਹ ਤਵੀਤ ਤੁਹਾਡੇ ਪੁੱਤ ਨੂੰ ਪੂਰਨਮਾਸ਼ੀ ਤੱਕ ਬਚਾ ਕੇ ਰੱਖ ਸਕਦਾ। ਬਸ ਪੂਰਨਮਾਸ਼ੀ ਤੱਕ? ਪੂਰਨਮਾਸ਼ੀ ਨੂੰ ਉਸ ਰੂਹ ਦੀ ਤਾਕਤ ਬਹੁਤ ਜ਼ਿਆਦਾ ਵੱਧ ਜਾਏਗੀ। ਮੇਰਾ ਇਹ ਤਵੀਤ ਵੀ ਕੁਛ ਨਹੀਂ ਕਰ ਸਕਦਾ। ਤੁਸੀਂ ਉਸਦੇ ਪੈਰਾਂ ਦੀ ਮਿੱਟੀ ਲਿਆਉਣ ਦੀ ਕੋਸ਼ਿਸ਼ ਕਰੋ, ਜਲਦ ਤੋਂ ਜਲਦ। ਰੁਕੋ, ਕੀ ਤੁਹਾਡੇ ਪੁੱਤ ਨੂੰ ਪਤਾ ਹੈ ਕਿ ਉਹ ਉਸ ਚੜੇਲ ਦੇ ਕਬਜ਼ੇ 'ਚ ਹੈ? ਨਹੀਂ ਬਾਬਾ ਜੀ। ਆਪਣੇ ਮੁੰਡੇ ਨੂੰ ਅਹਿਸਾਸ ਕਰਾਓ ਕਿ ਉਹ ਉਸ ਚੜੇਲ ਦੇ ਕਬਜ਼ੇ 'ਚ ਹੈ। ਅਗਰ ਉਹ ਰੋਕਣ ਦੀ ਕੋਸ਼ਿਸ਼ ਕਰੇ ਤਾਂ ਡਰਨਾ ਨਹੀਂ, ਭੋਲੇ ਸ਼ੰਕਰ 'ਤੇ ਵਿਸ਼ਵਾਸ ਰੱਖਣਾ। ਹਾਂ
ਕਰਤਾਰ ਦੇ ਬਾਪੂ, ਕਰਤਾਰ ਦੇ ਬਾਪੂ, ਆ ਕੀ ਹੋ ਗਿਆ? ਕੌਣ ਆ ਤੂੰ? ਦੂਰ ਹੋ ਜਾ ਮੇਰੀਆਂ ਨਜ਼ਰਾਂ ਤੋਂ। ਕੀ ਹੋਇਆ ਬੇਬੇ? ਮੈਂ ਤੁਹਾਡੀ ਅੰਬੋ ਆ। ਅੰਬੋ? ਤੇ ਬਾਪੂ ਨੂੰ ਕੀ ਹੋਇਆ? ਦੇਖਣਾ ਅੰਬੋ, ਆ ਦੇਖ ਤੇਰੇ ਬਾਪੂ ਦਾ ਸਿਰ ਇੱਟ ਤੇ ਵੱਜ ਗਿਆ, ਇਹਨਾਂ ਦੇ ਆ ਸੱਟ ਲੱਗ ਗਈ ਆ। ਕੀ ਕਰਾਂ ਹੁਣ ਮੈਂ? ਤੁਸੀਂ ਫਿਕਰ ਨਾ ਕਰੋ, ਮੈਂ ਕੁਛ ਕਰਦੀ ਹਾਂ। ਡਰਨੇ ਦੀ ਕੋਈ ਗੱਲ ਨਹੀਂ ਹੈ, ਥੋੜ੍ਹੀ ਜਿਹੀ ਸੱਟ ਹੈ, ਜਲਦੀ ਹੋ ਜਾਊਗਾ, ਠੀਕ ਹੈ? ਰੱਬ ਦਾ ਲੱਖ ਲੱਖ ਸ਼ੁਕਰ ਆ। ਬੇਬੇ ਹੋਇਆ ਕੀ ਆ? ਉਹ ਗੱਲ ਤਾਂ ਅਸਲ 'ਚ ਇਹ ਆ ਪੁੱਤ। ਅੰਬੋ, ਤੂੰ ਇਸ ਵੇਲੇ ਇੱਥੇ ਕੀ ਕਰਦੀ ਆ? ਨਹੀਂ ਦਲਜੀਤ, ਇਹ ਸਾਡੀ ਅੰਬੋ ਨਹੀਂ ਹੋ ਸਕਦੀ। ਜਿਸ ਰੂਹ ਨੇ ਉਸਨੂੰ ਆਪਣੇ ਕਬਜ਼ੇ 'ਚ ਕੀਤਾ, ਬਹੁਤ ਜ਼ਿਆਦਾ ਤਾਕਤਵਰ ਹੈ। ਮੈਨੂੰ ਉਸ ਰੂਹ ਦੇ ਪੈਰਾਂ ਦੀ ਮਿੱਟੀ ਚਾਹੀਦੀ ਹੈ, ਜੋ ਇਸ ਪਾਣੀ ਦੇ ਛਿੜਕਾਅ ਨਾਲ ਹੀ ਆ ਸਕਦੀ ਹੈ। ਬੇਬੇ ਇੰਨਾ ਕੁਛ ਹੋ ਗਿਆ, ਤੁਸੀਂ ਮੈਨੂੰ ਦੱਸਿਆ ਹੀ ਨਹੀਂ। ਪੁੱਤ, ਤੂੰ ਤਾਂ ਨਾਨਕੇ ਗਈ ਸੀ, ਨਾਲੇ ਇਹ ਸਭ ਕੁਛ ਇੰਨਾ ਜਲਦੀ ਹੋ ਗਿਆ ਕਿ ਦੱਸਣ ਦਾ ਕੋਈ ਟਾਈਮ ਹੀ ਨਹੀਂ ਮਿਲਿਆ। ਬੇਬੇ, ਜਿਹੜਾ ਬਾਬਾ ਜੀ ਨੇ ਪੈਰਾਂ ਦੀ ਮਿੱਟੀ ਵਾਲਾ ਕੰਮ ਕਿਹਾ ਸੀਗਾ, ਉਹ ਮੈਂ ਆਪੇ ਕਰ ਲੂੰਗੀ। ਨਾ ਧੀਏ ਨਾ, ਮੈਂ ਤੈਨੂੰ ਇਹ ਖਤਰਾ ਮੁੱਲ ਲੈਣ ਨਹੀਂ ਦੇਣਾ, ਇਹ ਸਾਰਾ ਕੁਛ ਮੈਂ ਆਪੇ ਹੀ ਕਰ ਲੂੰ। ਬੇਬੇ, ਜੇ ਤੁਸੀਂ ਮੈਨੂੰ ਘਰ ਦੀ ਧੀ ਸਮਝਦੇ ਹੋ ਤਾਂ ਕੰਮ ਮੇਰੇ 'ਤੇ ਛੱਡ ਦਿਓ। ਤੂੰ ਆ ਗਈ ਅੰਬੋ, ਕੀ ਹੋਇਆ ਤੈਨੂੰ? ਘਬਰਾਈ ਹੋਈ ਕਿਉਂ ਲੱਗ ਰਹੀ ਹੈ? ਨਾਲੇ ਇੰਨਾ ਪਸੀਨਾ ਆ ਗਿਆ ਤੈਨੂੰ, ਇਹ ਕੀ ਹੈ? ਬੋਲਦੀ ਨਹੀਂ। ਅੰਬੋ, ਦੋ ਦੋ ਅੰਬੋ। ਅਸਲੀ ਅੰਬੋ ਮੈਂ ਆ, ਨਹੀਂ ਕਰਤਾਰ, ਅਸਲੀ ਅੰਬੋ ਮੈਂ ਆ। ਆ ਚੁੜੇਲ ਆ, ਮੇਰਾ ਰੂਪ ਲੈ ਕੇ ਤੈਨੂੰ ਮਿਲਣ ਆਉਂਦੀ ਸੀ। ਨਹੀਂ, ਅਸਲੀ ਅੰਬੋ ਮੈਂ ਆ, ਤੈਨੂੰ ਪਤਾ ਨਾ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਹਾਂ। ਕਰਤਾਰ, ਅਤਵੀਤ ਲਾ। ਨਹੀਂ ਕਰਤਾਰ, ਅਤਵੀਤ ਨਹੀਂ ਲਾਉਣਾ, ਤੈਨੂੰ ਪਤਾ ਨਾ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਹਾਂ।
मेरे करतार नु बचा लो बाबा जी, मेरे पुत्र नु बचा लो। जो मैं तवीज दिता सी की तुसी ओ अपने पुत नु बांधता? हां बाबा जी, बांधता दिता सी पर उत्ते चुड़ैल दा कब्जा हुण पूरी तरह हो चुका। कुछ करो बाबा जी, करतार मेरा इको एक पुत्र, उसनु बचा लो बाबा जी। मैं जो तुहानू मिट्टी लियान नू कहा सी, तुसी लेके आए? हाँ बाबा जी, लियाया। मैं उस चुड़ैल नू इत्थे बुला रहा ताकि पता लग सके असल जो चाहती की है। तुसी घबराना नहीं, कौन है तू, कित्थों आई है, तू पुछ के की लेना, तेरे नाल की मतलब? दस दे सीधी तरह, तेरे नाल की बुरा होया? हो सकता मैं तेरी कुछ मदद कर सका? मदद? तू मेरे की मदद करेगा सन्यासी? की मदद करेगा मेरी? मदद की लोड़ तो इन्हां नूं है जिन्हां ने अपने बला गल पा ली है तेरे कोल आके। तेनू क्या सी ना अपने पुत्र दा मोह छड़ दे, ते तू 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 उस रात वाली गल नूं भुल गई? तेरे नाल की होया? तू करतार तो की चाहनी है? अज पूरनमाशी आ ते मैं करतार नू अपने नाल ही लेके जाऊंगी। जदों तक मैं आ तू करतार तो कुछ नहीं पा सकदी। तू मैनू रोकेगा सन्यासी? अज पूरनमाशी दी रात है, तेनू तेनू पता है ते पूरनमाशी दी रात नू मेरी ताकत दुगनी हो जांदी है। तू मेरा कुछ नहीं बिगाड़ सकदा। देख, तू करतार नू छड़ दे, मेरे हुंदे होए तू उसनू नहीं पा सकदी। मैं करतार नू लेके जाऊंगी, तेरे तो जो हुंदा सन्यासी तू कर ले। ये चुड़ैल बहुत ताकतवर है, बहुत चलाक निकली, अपने बारे कुछ नहीं दस के गई। बाबा जी हुण की होएगा? तुसी फिकर ना करो, उसने एक अघोरी नू ललकारिया, मैं उसनू उसके मकसद च कामयाब नहीं होन देंगा। असीं तुहाडी कोई मदद कर सकते हैं बाबा जी? तुसी बस इन्ना दसो, तुसी उस बारे कुछ जानते हो? नहीं बाबा जी। कुछ भी? असीं इन्ना सुनिया कि पिंड दे बाहर एक हवेली है, उहदे विच चुड़ैल दा वास है। करतार कदी उत्थे गया? नहीं बाबा जी। जी एक बार होए ना होए, ए उस हवेली दी ही चुड़ैल है। अज पूर्णमाशी है ते अज करतार नू बचाना बहुत जरूरी है। छेती तो छेती करतार नू इत्थे मेरे को लेके आओ।
ਵਿਸ਼ਵਾਸ ਹੈ। ਮੈਂ ਜਦੋਂ ਚੜੇਲ ਨੂੰ ਬੁਲਾਵਾਂ ਤੁਸੀਂ ਘਬਰਾਉਣਾ ਨਹੀਂ। ਤੂੰ ਕਰਤਾਰ ਦੇ ਮੱਥੇ 'ਤੇ ਰਾਖ ਮਾਲ ਦੇਣੀ ਹੈ ਜਦੋਂ ਮੈਂ ਉਹਨੂੰ ਕਾਬੂ ਕਰ ਲਾਂ, ਠੀਕ ਹੈ? ਸੀ ਤੂੰ ਕੁਛ ਨਹੀਂ ਕਰ ਸਕਦਾ, ਹੁਣ ਮੈਂ ਇਹਨੂੰ ਮਾਰਾਂਗੀ, ਉਹ ਵੀ ਤੇਰੀਆਂ ਅੱਖਾਂ ਸਾਹਮਣੇ, ਤੇ ਤੂੰ ਕੁਛ ਨਹੀਂ ਕਰ ਸਕੇਗਾ। ਦੇਖਿਆ ਬੜੀਏ, ਤੂੰ ਮੇਰੀ ਗੱਲ ਨਹੀਂ ਨਾ ਮੰਨੀ, ਤੂੰ ਇਸ ਗੋਰੀ ਕੋਲ ਆ ਗਈ, ਹੁਣ ਦੇਖ ਤੇਰਾ ਗੋਰੀ ਕਿੱਥੇ ਟੰਗਿਆ। ਮੈਨੂੰ ਮੇਰੇ ਉਸ ਰੱਬ ਤੇ ਪੂਰਾ ਭਰੋਸਾ, ਤੂੰ ਮੇਰੇ ਪੁੱਤ ਦਾ ਕੁਛ ਨਹੀਂ ਵਿਗਾੜ ਸਕਦੀ। ਬੇਬੇ 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 ਕੀ ਮੇਰੇ ਕੋਲ ਨਹੀਂ ਆ ਰਿਹਾ, ਹੁਣ ਮੈਂ ਪਹਿਲਾਂ ਇਹਦੀ ਜਾਨ ਲਾਉਂਗੀ। ਅੱਜ ਤੇਰੇ ਮੇਰੇ ਮਿਲਣ ਦੀ ਰਾਤ ਹੈ, ਅੱਜ ਤੈਨੂੰ ਮੇਰਾ ਆਉਣ ਤੋਂ ਕੋਈ ਨਹੀਂ ਰੋਕ ਸਕਦਾ। ਬੇਬੇ ਉਹ ਚਲੀ ਗਈ, ਚਲੀ ਗਈ ਬੇਬੇ, ਉਹ ਸਾਡੇ ਪਿਆਰ ਦੀ ਤਾਕਤ ਦੇ ਸਾਹਮਣੇ ਉਹਨੇ ਹਾਰ ਮੰਨ ਲਈ। ਦੇਖਿਆ, ਮੈਨੂੰ ਮੇਰੇ ਵਾਹਿਗੁਰੂ 'ਤੇ ਪੂਰਾ ਵਿਸ਼ਵਾਸ ਸੀਗਾ। ਸੱਚ ਹੈ, ਦੁਨੀਆਂ 'ਚ ਪਿਆਰ ਦੀ ਤਾਕਤ ਤੋਂ ਵੱਡੀ ਕੋਈ ਤਾਕਤ ਨਹੀਂ। ਹੁਸ਼ ਰਹੋ। ਕੀ ਇਹਦਾ ਨਾਂ? ਹਾਂ, ਅੰਬੋ। ਅੰਬੋ ਅੰਬੋ ਉਰਫ ਸੀਰਤ। ਇੰਨਾ ਟਾਈਮ ਸਮਾਈ ਹੈ, ਠੀਕ ਆ? ਓਕੇ ਆ, ਅਜੇ ਤਾਂ ਆਈ ਦਾ ਕੀ ਤੁਹਾਨੂੰ ਪਤਾ? ਕੀ ਤੁਹਾਨੂੰ ਪਤਾ? ਕੀ ਉਹਨੇ ਤੁਹਾਨੂੰ ਦੱਸਿਆ? ਪਤਾ ਨਹੀਂ ਲੱਗਦਾ, ਪਤਾ ਨਹੀਂ ਕੀ ਉਹਨੇ ਤੁਹਾਨੂੰ ਦੱਸਿਆ, ਉਹ ਤੁਹਾਡੇ ਪੁੱਤ ਨੂੰ ਕਦੋਂ ਲੈ ਕੇ ਜਾਏਗੀ? ਠੀਕ ਆ,
जिस रूह ने उसनु अपने कब्जे च कीता हक बहुत ज्यादा पावरफुल साडे आपको पता क्या है 20 बार बोलो 20 बार समझ आ रहा है आप क्या कहना चाहेंगी एक्शन हक हम तो सी गॉट इट